ਗਿੱਪੀ ਗਰੇਵਾਲ ਤੇ ਦਿਲਜੀਤ ਦੋਸਾਂਝ ਫਿਲਮ 'ਚ ਇਕੱਠੇ ਆਉਣਗੇ ਨਜ਼ਰ। ਅਦਾਕਾਰ ਨੇ ਕੀਤਾ ਖੁਲਾਸਾ। ਦਿਲਜੀਤ ਦੋਸਾਂਝ ਤੇ ਗਿੱਪੀ ਗਰੇਵਾਲ ਦੋਵੇਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਐਕਟਰਸ ਦੇ ਵਿੱਚੋਂ ਇੱਕ ਨੇ। ਦੋਵੇਂ ਪੰਜਾਬੀ ਸਿਤਾਰਿਆਂ ਦੀਆਂ ਦੁਨੀਆ ਭਰ 'ਚ ਇੱਕ ਵੱਡੀ ਫੈਨ ਫੋਲੋਇੰਗ ਆ ਅਤੇ ਦੋਵਾਂ ਨੇ ਇੱਕ ਫਿਲਮ ਜਿਹਨੇ ਮੇਰਾ ਦਿਲ ਲੁੱਟਿਆ ਵਿੱਚ ਇਕੱਠਾ ਕੰਮ ਵੀ ਕੀਤਾ ਸੀ। ਇਹ ਫਿਲਮ ਜੋ ਸੀ ਸਾਲ 2011 'ਚ ਰਿਲੀਜ਼ ਹੋਈ ਸੀ, ਜਿਸ ਨੂੰ ਫੈਨਸ ਵੱਲੋਂ ਭਾਰੀ ਹੁੰਗਾਰਾ ਮਿਲਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਦੋਵਾਂ ਨੇ ਇਕੱਠਿਆ ਸਕਰੀਨ ਨਹੀਂ ਸ਼ੇਅਰ ਕੀਤੀ ਤਾਂ ਫੈਨਸ ਦੇ ਵੱਲੋਂ ਅਜਿਹੀਆਂ ਵੀ ਰਿਊਮਰਸ ਲਗਾਏ ਗਏ ਸੀ ਕਿ ਸ਼ਾਇਦ ਗਿੱਪੀ ਗਰੇਵਾਲ ਅਤੇ ਦਿਲਜੀਤ ਦੋਸਾਂਝ ਵਿਚਾਲੇ ਕੁਝ ਠੀਕ ਨਹੀਂ ਚੱਲ ਰਿਹਾ। ਪਰ ਦੱਸ ਦਈਏ ਕਿ ਗਿੱਪੀ ਗਰੇਵਾਲ ਅਤੇ ਦਿਲਜੀਤ ਦੋਸਾਂਝ ਦੀ ਜੋੜੀ ਨੂੰ ਫੈਨਸ ਬਹੁਤ ਯਾਦ ਕਰਦੇ ਨੇ। ਦੋਵੇਂ ਕਲਾਕਾਰਾਂ ਨੂੰ ਪਰਦੇ ਉੱਤੇ ਦੇਖਣ ਲਈ ਲੋਕ ਇੰਤਜ਼ਾਰ ਕਰ ਰਹੇ ਨੇ। ਇਸੇ ਵਿਚਾਲੇ ਗਿੱਪੀ ਨੇ ਦਿਲਜੀਤ ਨਾਲ ਫਿਲਮ ਕਰਨ ਦਾ ਜ਼ਿਕਰ ਕੀਤਾ। ਦਰਅਸਲ ਇੱਕ ਇੰਟਰਵਿਊ ਦਿੰਦਾ ਹੋਇਆ ਗਿੱਪੀ ਗਰੇਵਾਲ ਨੇ ਕਿਹਾ ਕਿ ਕਿਸੇ ਪ੍ਰੋਡਿਊਸਰ ਨੇ ਅੱਜ ਤੱਕ ਮੇਰੇ ਅੱਗੇ ਕੋਈ ਜ਼ਿਕਰ ਨਹੀਂ ਕੀਤਾ। ਪੰਜਾਬ ਦੇ ਵਿੱਚ 2 ਸਟਾਰਾਂ ਦੀਆਂ ਫਿਲਮਾਂ ਆਉਣੀਆਂ ਚਾਹੀਦੀਆਂ ਨੇ, ਇਸ ਦੇ ਨਾਲ ਹੀ ਫਿਲਮ ਦਾ ਮਿਆਰ ਹੋਰ ਵੱਡਾ ਹੋਵੇਗਾ। ਗਿੱਪੀ ਨੇ ਅੱਗੇ ਦਿਲਜੀਤ ਦੀ ਤਾਰੀਫ ਕਰਦਿਆਂ ਕਿਹਾ ਕਿ ਦਿਲਜੀਤ ਨੇ ਪੰਜਾਬ ਨੂੰ ਬੜੇ ਵੱਡੇ ਪੱਧਰ ਉੱਤੇ ਪਹੁੰਚਾਇਆ। ਅੱਜ ਜੋ ਵੀ ਹੈ ਉਹ ਦਿਲਜੀਤ ਨੇ ਮਿਹਨਤ ਤੇ ਲਗਨ ਕਰਕੇ ਕੀਤਾ। ਦੱਸ ਦਈਏ ਕਿ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਇਸ ਸਮੇਂ ਆਪਣੀ ਫਿਲਮ ਸ਼ਿੰਦਾ ਸ਼ਿੰਦਾ ਨੋ ਪਾਪਾ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ। ਅਦਾਕਾਰ ਦੀ ਇਹ ਫਿਲਮ 10 ਮਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਸੀ, ਜਿਸ 'ਚ ਉਹ ਆਪਣੇ ਬੇਟਾ ਸ਼ਿੰਦਾ ਗਰੇਵਾਲ ਦੇ ਨਾਲ ਲੋਕਾਂ ਦਾ ਐਂਟਰਟੇਨਮੈਂਟ ਕਰਦੇ ਹੋਏ ਨਜ਼ਰ ਆਏ ਸੀ। ਇਸ ਨਾਲ ਹੀ ਅਦਾਕਾਰ ਹਿਨਾ ਖਾਨ ਵੀ ਗਿੱਪੀ ਦੇ ਨਾਲ ਰੋਮਾਂਸ ਕਰਦੀ ਹੋਈ ਦਿਖਾਈ ਦਿੱਤੀ ਸੀ। ਫੈਨਸ ਨੂੰ ਇਹਨਾਂ ਦੀ ਜੋੜੀ ਖੂਬ ਪਸੰਦ ਆਈ ਹੈ ਤੇ ਫਿਲਮ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਉੱਥੇ ਜੇ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪਿਛਲੇ ਕਈ ਦਿਨਾਂ ਤੋਂ ਆਪਣੀ ਫਿਲਮ ਅਮਰ ਸਿੰਘ ਚਮਕੀਲਾ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ। ਇਸ ਦੌਰਾਨ ਉਹਨਾਂ ਨੇ ਕੁਝ ਲਾਈਵ ਕਾਨਸਰਟ ਵੀ ਕੀਤੇ ਨੇ ਜਿੱਥੇ ਉਹ ਆਪਣੀ ਆਵਾਜ਼ ਰਾਹੀਂ ਲੱਖਾਂ ਲੋਕਾਂ ਦੇ ਦਿਲ ਜਿੱਤਦੇ ਹੋਏ ਨਜ਼ਰ ਆ ਰਹੇ ਨੇ। ਹਾਲ ਹੀ 'ਚ ਇੱਕ ਇੰਟਰਵਿਊ ਦੌਰਾਨ ਉਹ ਲਗਾਤਾਰ ਪੰਜਾਬੀ ਹੋਣ ਦੀ ਗੱਲ ਕਰ ਰਹੇ ਨੇ। ਹੁਣ ਪੰਜਾਬੀ ਰੈਪਰ ਨਸੀਬ ਨੇ ਵੀ ਗਾਇਕ ਦਿਲਜੀਤ ਦੋਸਾਂਝ ਦੇ ਨਾਲ ਆਪਣੀ ਪੱਗ ਵਾਲੀ ਬਹਿਸ ਸ਼ੁਰੂ ਕਰ ਦਿੱਤੀ ਹੈ ਤੇ ਉਸ ਦੇ ਵੱਲੋਂ ਵੀ ਲਗਾਤਾਰ ਦਿਲਜੀਤ ਦੋਸਾਂਝ ਦੇ ਉੱਤੇ ਇਲਜ਼ਾਮ ਲਗਾਏ ਗਏ ਕਿ ਦਿਲਜੀਤ ਦੋਸਾਂਝ ਦੇ ਵੱਲੋਂ ਆਪਣੀ ਸੋਲ ਨੂੰ ਵੇਚ ਦਿੱਤਾ ਗਿਆ ਤੇ ਨਾਲ ਦੀ ਨਾਲ ਉਹ ਇਲੂਮੀਨਾਟੀ ਬਣ ਗਿਆ। ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਦੇ ਵੱਲੋਂ ਵੀ ਇਸ ਗੱਲ ਦਾ ਜਵਾਬ ਦਿੱਤਾ ਗਿਆ ਸੀਗਾ, ਪਰ ਇੱਥੇ ਨਸੀਬ ਨਹੀਂ ਰੁਕਿਆ। ਉਸਦੇ ਵੱਲੋਂ ਬਾਰ ਬਾਰ ਦਿਲਜੀਤ ਦੋਸਾਂਝ ਨੂੰ ਟਾਰਗੇਟ ਕੀਤਾ ਗਿਆ ਆਪਣੀ ਸੋਸ਼ਲ ਮੀਡੀਆ ਪੋਸਟਾਂ ਪਾ ਕੇ ਤੇ ਨਾਲ ਦੀ ਨਾਲ ਉਸਦੇ ਵੱਲੋਂ ਦਿਲਜੀਤ ਦੋਸਾਂਝ ਦੇ ਲਈ ਹੀ ਇੱਕ ਗਾਣਾ ਕੱਢ ਦਿੱਤਾ ਗਿਆ ਜਿਸ ਦਾ ਨਾਮ ਸੀ ਦਾ ਆਏ। ਪਰ ਮੁੜ ਤੋਂ ਦਿਲਜੀਤ ਦੋਸਾਂਝ ਦਾ ਇਹਨਾਂ ਚੀਜ਼ਾਂ 'ਤੇ ਕੋਈ ਰਿਪਲਾਈ ਨਹੀਂ ਆਇਆ। ਉੱਥੇ ਦਿਲਜੀਤ ਦੋਸਾਂਝ ਦੇ ਵੱਲੋਂ ਲਗਾਤਾਰ ਸ਼ੋਅਜ਼ ਕੀਤੇ ਜਾ ਰਹੇ ਨੇ ਅਤੇ ਉਹਨਾਂ ਦਾ ਜਿਹੜਾ ਵੀ ਸ਼ੋਅ ਹੋ ਰਿਹਾ ਉਹ ਸਾਰੇ ਦੇ ਸਾਰੇ ਸ਼ੋਅ ਜੋ ਨੇ ਸੋਲਡ ਆਊਟ ਹੋ ਰਹੇ ਨੇ। ਲੋਕਾਂ ਦੇ ਵੱਲੋਂ ਉਹਨਾਂ ਨੂੰ ਦੇਖਣ ਦੇ ਲਈ ਇੱਕ ਝਲਕ ਲੈਣ ਦੇ ਲਈ ਲੱਖਾਂ ਰੁਪਏ ਦੀ ਟਿਕਟ ਖਰਚ ਕੇ ਉਹਨਾਂ ਦੇ ਸ਼ੋਅ ਦੇ ਉੱਤੇ ਪਹੁੰਚ ਰਹੇ ਨੇ।